ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਕਰਨ ਕੌਰ ਸੰਧੂ ਫੈਮਲੀ ਕੁਕਿੰਗ ਐਂਡ ਵਲੌਗਸ ਚੈਨਲ ਹੈ ਮੇਰਾ ਸਤਿ ਸ਼੍ਰੀ ਅਕਾਲ ਜੀ ਮੈਂ ਕਰਨ ਕੌਰ ਕਲੇਅਰ ਕਲੋਥ ਹਾਊਸ ਸਾਰੀਆਂ ਭੈਣਾਂ ਜਾਣਦੀ ਹੈ ਮੈਨੂੰ ਠੀਕ ਹੈ ਅਤੇ ਅੱਜ ਅਸੀਂ ਦੋਨੋਂ ਭੈਣਾਂ ਇੱਕ ਤਾਂ ਇਕੱਠੀਆਂ ਹੋ ਜਾਈਏ ਤੁਸੀਂ ਪਤਾ ਲੱਗ ਗਏ ਸਹੁਰਿਆਂ ਦੀ ਫੈਮਲੀ ਬਾਰੇ ਤੁਸੀਂ ਮੇਰੇ ਬਾਰੇ ਪਹਿਲਾਂ ਦੇਖਿਆ ਹੋਇਆ ਇੱਕ ਵੀਡੀਓ ਮੈਂ ਪਾਇਆ ਹੋਇਆ ਸੀ ਅਤੇ ਪੇਕੇ ਦੇ ਪਿੰਡ ਆਈਆਂ ਹੋਈਆਂ ਹੁਣ ਪੇਕੀ ਆਈਆਂ ਹੋਈਆਂ ਤਾਂ ਅਸੀਂ ਸੋਚਿਆ ਵੀ ਇੱਕ ਵੀਡੀਓ ਬੜੀ ਹਾਈ ਡਿਮਾਂਡਡ ਸੀਗੀ ਇੱਕ ਸਾਡੇ ਰੈਗੂਲਰ ਵਿਊਅਰ ਕਮਲ ਵਰਮਾ ਜੀ ਹੈ ਨਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਵੀ ਤੁਸੀਂ ਸਾਡੇ ਰੈਗੂਲਰ ਵਿਊਅਰ ਹੋ ਅਤੇ ਇੱਕ ਹੋਰ ਧੰਨਵਾਦ ਵੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹਾਂਜੀ ਅਤੇ ਤੁਸੀਂ ਰੈਗੂਲਰ ਕਮੈਂਟ ਲਿਖਦੇ ਹੋ ਜੁੜੇ ਹੋਏ ਹੋ ਸਾਡੇ ਨਾਲ ਉਹਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਤੁਹਾਡੀ ਡਿਮਾਂਡ 'ਚ ਸੀਗੀ ਉਹ ਸੀਗੀ ਕਿ ਲੀਰਾਂ ਦੀਆਂ ਦਰੀਆਂ ਕਿਵੇਂ ਬਣਾਈ ਗਈਆਂ ਤੇ ਬੜਾ ਅੱਛਾ ਲੱਗਿਆ ਸਾਨੂੰ ਵੀ ਬੈਕ 35 ਸਾਲ ਬੈਕ ਜਾਵਾਂਗੇ ਨਹੀਂ ਐਕਚੁਅਲੀ ਅਸੀਂ ਲੀਰਾਂ ਦੀ ਦਰੀ ਕਦੀ ਬਣਾਈ ਤਾਂ ਹੈ ਨਹੀਂ ਪਰ ਕਹਿੰਦੇ ਹੁੰਦੇ ਆ ਨਾ ਜੇ ਜਨ ਚੜੇ ਨਹੀਂ ਜਨ ਚੜਦੇ ਤਾਂ ਦੇਖੇ ਆ ਹਾਂ ਤਾਂ ਅਸੀਂ ਬਣਾਉਂਦੇ ਤਾਂ ਦੇਖੇ ਆ ਇਸ ਕਰਕੇ ਅਸੀਂ ਤਾਂ ਚੰਗੀ ਤਰ੍ਹਾਂ ਟਾਈਪ ਕਰ ਸਕਦੇ ਹਾਂ ਵੈਸੇ ਅਸੀਂ ਦਰੀਆਂ ਬਹੁਤ ਬਣਾਈਆਂ ਨੇ ਲੀਰਾਂ ਦੀ ਦਰੀ ਕੋਈ ਨਹੀਂ ਬਣਾਈ ਨਹੀਂ ਪਸੰਦ ਆਉਂਦੀ ਹੈ ਵੀ ਕਿਦਾਂ ਪਸੰਦ ਆਉਂਦੀ ਹੈ ਹਨਾ ਤੇ ਚਲੋ ਅੱਜ ਤੁਹਾਡੇ ਲਈ ਅਸੀਂ ਇਹ ਆ ਸੋਚ ਲਿਆ ਨਾ ਤੁਸੀਂ ਉਹਨਾਂ ਦੀ ਕੁਝ ਰੱਖਿਆ ਹੋਇਆ ਤੇ ਇਹਦੇ ਵਿੱਚ ਸਿੰਪਲ ਹੈ ਜੀ ਤੁਸੀਂ ਚਾਰ ਚਾਰ ਉਂਗਲਾਂ ਦੇ ਵਿੱਚ ਤੇ ਕਿਉਂਕਿ ਆਪਾਂ ਇੰਚ ਮਿਣਾਂਗੇ ਤਾਂ ਇੰਚ ਹੁਣ ਕਿਹੜੇ ਇੰਚ ਦੇ ਬਿਲੇ ਬੈਠਾਂਗੇ ਸਿੰਪਲ ਹੈ ਵੀ ਚਾਰ ਉਂਗਲਾਂ ਦੇ ਤੁਸੀਂ ਕੱਟ ਲਾ ਲੈਣੇ ਠੀਕ ਹੈ ਪਹਿਲਾਂ ਇਹਨਾਂ ਦੇ ਤੁਸੀਂ ਕੀ ਕਰਨਾ ਜਿਵੇਂ ਮੰਨ ਲਓ ਪੁਰਾਣੇ ਕੱਪੜੇ ਹੋਣ ਜਿਵੇਂ ਮੈਂ ਇਹ ਸ਼ਰਟ ਪੀਸ ਲਿਆ ਹੋਇਆ ਹੈ ਤੇ ਜਿਵੇਂ ਆਪਣੀਆਂ ਪਾਈਪਿੰਗ ਵਗੈਰਾ ਲੱਗੀ ਹੁੰਦੀ ਹੈ ਇਹਨੂੰ ਜਾਂ ਤਾਂ ਤੁਸੀਂ ਕੱਟ ਦਿਓ ਕਿਉਂਕਿ ਨਹੀਂ ਫਿਰ ਇਹ ਕੋਈ ਪਤਲੀ ਹੋ ਜੂਗੀ ਕੋਈ ਮੋਟੀ ਹੋ ਜੂਗੀ ਟਿੱਕਾ ਲਾਊਗਾ ਮੈਂ ਇਧਰੀ ਸਾਈਡ ਤੋਂ ਲਾਹਤੀ ਹੋਈ ਹੈ ਇਹ ਤੇ ਇਹਨਾਂ ਨੂੰ ਤੁਸੀਂ ਸਾਈਡ ਤੋਂ ਲਾ ਦੇਣਾ ਤੇ ਸਿੰਪਲ ਕਰ ਲੈਣਾ ਹੈ ਨਾ ਲੀਰਾਂ ਨੂੰ ਆਪਾਂ ਸਿੱਧੇ ਸਿੱਧੇ ਪੀਸ ਕਰ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ ਚਾਰ ਉਂਗਲਾਂ ਕਾਫੀ ਹੈ ਚਾਰ ਉਂਗਲਾਂ ਦੇ ਹਿਸਾਬ ਦੇ ਨਾਲ ਤੁਸੀਂ ਇੱਥੇ ਕੱਟ ਲਾਉਣਾ ਹੈਗਾ ਅਸੀਂ ਕੈਂਚੀ ਯੂਜ਼ ਨਹੀਂ ਕਰ ਰਹੇ ਕਿਉਂਕਿ ਤੁਹਾਡੀ ਬਾਰ ਬਾਰ ਇਹੀ ਡਿਮਾਂਡ ਸੀਗੀ ਕਿ ਕੈਂਚੀ ਯੂਜ਼ ਨਾ ਕਰੇ ਬਿਨਾਂ ਕੈਂਚੀ ਯੂਜ਼ ਕੀਤੇ ਪਰ ਜੇ ਤੁਸੀਂ ਕੈਂਚੀ ਮਾੜੇ ਜਿਹਾ ਟੋਕ ਲਾਉਣ ਲਈ ਕਰ ਵੀ ਲੈਣਾ ਤਾਂ ਵੀ ਕੱਪੜਾ ਹਾਰਡ ਹੁੰਦਾ ਹੈ ਨਾ ਥੋੜਾ ਜਿਹਾ ਜਿਵੇਂ ਤਾਂ ਕੋਈ ਦਿੱਕਤ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਚਾਰ ਉਂਗਲਾਂ ਦੀ ਵਿੱਥ ਵਾਲੇ ਕਪੀਸ ਨੂੰ ਇਦਾਂ ਹਾਰਡ ਇੱਥੋਂ ਦਾ ਸਾਪਾ ਉਹ ਵੀ ਚਾਰ ਉਂਗਲਾਂ ਚਾਰ ਛੱਡ ਦੇਣੀ ਇੱਥੋਂ ਦੱਸ ਉਹਨੇ ਆਪਾਂ ਨੀਚੇ ਛੱਡਤਾ ਤੇ ਫਿਰ ਜਿਹੜੀ ਸਾਈਡ ਤੋਂ ਆਪਾਂ ਲਿਆ ਕੇ ਛੱਡਿਆ ਸੀ ਠੀਕ ਹੈ ਉਹ ਸਾਈਡ ਤੋਂ ਫਾੜਨਾ ਸ਼ੁਰੂ ਕਰਨਾ ਇੱਥੋਂ ਚਾਰ ਉਂਗਲਾਂ ਲੈਣੀਆਂ ਜਿੱਥੋਂ ਆਪਾਂ ਛੱਡਿਆ ਸੀ ਨਾ ਉੱਥੋਂ ਚਾਰ ਉਂਗਲਾਂ ਲੈ ਲੈਣੀਆਂ ਤੇ ਫਿਰ ਇਹਨੂੰ ਫਾੜਨਾ ਸ਼ੁਰੂ ਕਰਨਾ ਥੋੜ੍ਹਾ ਜਿਹਾ ਇੱਧਰੋਂ ਚਲੋ ਇੱਧਰੋਂ ਚਾਰ ਉਂਗਲਾਂ ਲੈ ਲੈਣੀਆਂ ਤੇ ਉੱਧਰੋਂ ਜਾਣਾ ਆਪਾਂ ਹਾਂ ਜਿਵੇਂ ਹੁਣ ਦੇਖੋ ਇੱਥੇ ਥੋੜ੍ਹਾ ਜਿਹਾ ਹਾਰਡ ਹੈ ਕੱਪੜਾ ਲੋ ਠੀਕ ਹੈ ਉਧਰੋਂ ਫੇਰ ਮੁੜਿਆ ਉਹਨੇ ਫਿਰ ਹੁਣ ਆ ਇਹਨੂੰ ਕੰਟੀਨਿਊਟੀ ਚ ਰੱਖਣਾ ਆਪਾਂ ਜ਼ੈਡ ਬਣਦੇ ਜਾਣੇ ਐਂਡ ਚ ਹਾਂ ਤੇ ਇਧਰੋਂ ਫਿਰ ਤੁਸੀਂ ਚਾਰ ਉਂਗਲਾਂ ਲੈ ਲੈਣੀਆਂ ਇਹ ਕੰਮ ਵੀ ਵੈਸੇ ਦੋ ਜਣਿਆਂ ਦਾ ਰਲ ਕੇ ਕਰਨਾ ਹੈ ਚਲੋ ਤੇ ਬਹੁਤ ਹੋ ਗਿਆ ਆ ਦੇਖੋ ਤੁਸੀਂ ਹੁਣ ਕੰਟੀਨਿਊਟੀ ਦੇ ਵਿੱਚ ਲੀਵ ਜਿਹੜੀ ਆ ਉਹ ਤਿਆਰ ਹੋ ਜਾਣੀ ਹੈ ਠੀਕ ਹੈ ਆ ਜਿਹੜਾ ਤੁਸੀਂ ਤੁਹਾਨੂੰ ਲੱਗੂਗਾ ਨਾ ਇਹ ਜਦੋਂ ਆਪਾਂ ਬੁਣਦੇ ਆ ਉਦੋਂ ਕੋਈ ਖਾਸ ਇਹਦਾ ਨਾਲ ਬਾਹਰ ਫਰਕ ਨਹੀਂ ਪੈਂਦਾ ਹੁੰਦਾ ਦਾ ਤੇ ਜੇ ਤੁਹਾਨੂੰ ਲੱਗੂਗਾ ਵੀ ਇਹ ਥੋੜਾ ਜ਼ਿਆਦਾ ਤੇ ਤੁਸੀਂ ਹਲਕਾ ਜਿਹਾ ਤੋਂ ਕੈਂਚੀ ਰੱਖਣਾ ਗੁਲਾਈ ਗੁਲਾਈ ਹਾਂ ਗੁਲਾਈ ਦੀ ਕਰਦੇ ਹੋ ਵੈਸੇ ਪੈਂਦਾ ਨਹੀਂ ਫਰਕ ਠੀਕ ਹੈ ਇਸ ਤੋਂ ਜ਼ਿਆਦਾ ਚੌੜੀ ਕਰਨ ਨਾਲ ਨਾ ਲੀਰ ਬਹੁਤ ਮੋਟੀ ਹੋ ਜਾਂਦੀ ਹੈ ਜਦੋਂ ਆਪਾਂ ਇਹਨੂੰ ਉਹਦੇ 'ਚ ਪਾ ਕੇ ਠੋਕਦੇ ਹਾਂ ਤਾਂ ਜ਼ਿਆਦਾ ਮੋਟੀ ਮੋਟੀ ਜੀ ਸੁੱਬੜ ਜੀ ਦਰੀ ਅੱਛੀ ਵੀ ਨਹੀਂ ਲੱਗਦੀਗੀ ਤੇ ਸਫਾਈ ਵੀ ਘੱਟ ਹੁੰਦੀ ਹੈ ਤੇ ਸਫਾਈ ਨਹੀਂ ਹਾਂ ਤੇ ਇਹ ਜੇ ਕਾਟਨ ਦੀ ਹੈ ਜਿਵੇਂ ਮੇਰੇ ਕੋਲ ਕਾਟਨ ਦਾ ਕੱਪੜਾ ਸੀ ਪੋਲਾ ਜਿਹਾ ਬਹੁਤ ਇਹਦੇ 'ਚ ਚਾਰ ਉਂਗਲਾਂ ਰੱਖ ਲਓ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਕੱਪੜਾ ਕੋਈ ਦੂਸਰਾ ਤੁਹਾਡੇ ਕੋਲ ਮੋਟਾ ਹੈ ਜਿਹਦੀ ਲੀਰਾਂ ਜ਼ਿਆਦਾ ਮੋਟੀ ਹੋ ਜਾਣਗੀਆਂ ਹੈ ਨਾ ਤੇ ਜਿਵੇਂ ਕੋਈ ਬੈੱਡ ਸ਼ੀਟ ਦੀ ਹੈ ਜਾਂ ਕੁਝ ਹੋਰ ਹੈ ਤਾਂ ਉਹਦਾ ਫਿਰ ਤੁਸੀਂ ਥੋੜਾ ਜਿਹਾ ਤਿੰਨ ਉਂਗਲਾਂ ਪਾ ਲਓ ਜਾਂ ਦੋ ਉਂਗਲਾਂ ਪਾ ਲਓ ਮਤਲਬ ਤੁਹਾਡੀ ਕੁੱਲ ਮਿਲਾ ਕੇ ਜਿਹੜੀਆਂ ਤੁਸੀਂ ਲੀਰਾਂ ਯੂਜ਼ ਕਰਨੀਆਂ ਹੈ ਉਹਨਾਂ ਦੀ ਜਿਹੜੀ ਮੋਟਾਈ ਹੈ ਉਹ ਆਲਮੋਸਟ ਇੱਕੋ ਜਿਹੀ ਹੋਣੀ ਚਾਹੀਦੀ ਹੈ ਹੈ ਨਾ ਬਸ ਇਹਦੇ 'ਚ ਮੇਨ ਮੰਤਰ ਇਹੀ ਹੁੰਦਾ ਹੋਰ ਤਾਂ ਕੋਈ ਖਾਸ ਇਹ 'ਚ ਗੱਲ ਨਹੀਂ ਹੁੰਦੀ ਤੇ ਇਹਦੇ ਹੀ ਆਪਾਂ ਬਸ ਬਣਦੀਆਂ ਜੀ ਲੀਰਾਂ ਤਿਆਰ ਹੋ ਗਈਆਂ ਆਪਣੀਆਂ ਤੇ ਇਹਨਾਂ ਨੂੰ ਆਪਾਂ ਦਰੀ ਆਰਾਮ ਨਾਲ ਬਣ ਸਕਦੇ ਬਹੁਤ ਅੱਛੀ ਦਰੀ ਬਣਦੀ ਹੈ ਵੈਸੇ ਮੈਂ ਵੇਖੀ ਹੋਈ ਲੀਰਾਂ ਦੀ ਦਰੀ ਆਪ ਹੋਈ ਨਹੀਂ ਬਣਾਈ ਇੱਧਰ ਵਾਰ ਕੇ ਹਾਂ ਚਲੋ ਠੀਕ ਹੈ ਤੇ ਇਹ ਹੁਣ ਹੋਰ ਵੀ ਇਹਨਾਂ ਦੇ ਹੈ ਨਾ ਲੀਰਾਂ ਦੇ ਆਪਾਂ ਚੀਜ਼ਾਂ ਬਣਾ ਸਕਦੇ ਹੁੰਦੇ ਹਾਂ ਸੂਟ ਬਣਾ ਲਓ ਮੰਜੇ ਦਾ ਸੂਟ ਬਣ ਜਾਂਦਾ ਮੰਜੇ ਬਣਦੇ ਨੇ ਪਿੰਡਾਂ 'ਚ ਬਹੁਤ ਕਾਮਨ ਨੇ ਇਹ ਲੀਰਾਂ ਦੇ ਮੰਜੇ ਲੀਰਾਂ ਮੰਜੇ ਤਾਂ ਆਮ ਬਣਾਉਂਦੇ ਹਾਂ ਬਹੁਤ ਆਮ ਬਣਦੇ ਨੇ ਉਹਦੇ 'ਚ ਬਸ ਇਹ ਫਰਕ ਹੁੰਦਾ ਵੀ ਦਰੀ ਦੇ ਵਿੱਚ ਆਪਾਂ ਸਿੱਧੀਆਂ ਹੀ ਨਹੀਂ ਯੂਜ਼ ਕਰ ਸਕਦੇ ਹੁੰਦੇ ਹਾਂ ਤੇ ਜੇ ਤੁਸੀਂ ਲੀਰਾਂ ਦੇ ਮੰਜੇ ਬਣਾਉਣੇ ਨੇ ਤੇ ਫਿਰ ਇਹਨਾਂ ਨੂੰ ਵੱਟ ਦੇਣਾ ਪੈਂਦਾ ਜੇ ਤਾਂ ਤੁਹਾਡੇ ਘਰੇ ਚਰਖਾ ਹੈ ਤੇ ਚਰਖੇ ਦੇ ਕੱਤ ਲਓ ਤਾਂ ਬਹੁਤ ਹੀ ਸੌਖਾ ਹੈ ਬਹੁਤ ਜਲਦੀ ਹੋ ਜਾਊਗਾ ਤਾਂ ਚਰਖੇ ਵਾਲਾ ਕੰਮ ਤਾਂ ਠੀਕ ਹੈ ਇੱਦਾਂ ਆਪਾਂ ਇਹਨੂੰ ਲੀਰਾਂ ਨੂੰ ਵੱਟ ਦੇਣੀ ਤੇ ਨਹੀਂ ਫਿਰ ਜਿਹੜਾ ਹੋਰ ਵੀ ਸਿਸਟਮ ਹੁੰਦਾ ਇੱਕ ਗੋਲਾ ਬਣਾ ਕੇ
ਹਨਾ ਬਜ਼ੁਰਗ ਤੁਸੀਂ ਦੇਖੇ ਹੋਣੇ ਸਣ ਕੱਤਦੇ ਹੁੰਦੇ ਸੀ ਬਹੁਤ ਸਾਰੀਆਂ ਭੈਣਾਂ ਨੂੰ ਸਾਡੀਆਂ ਨੂੰ ਪਤਾ ਹੋਊਗਾ ਵੀ ਸਣ ਕਿਵੇਂ ਕੱਤਦੇ ਸੀ ਬਹੁਤ ਸਾਰੇ ਬਜ਼ੁਰਗ ਜਿਹੜੇ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਸਣ ਕਿਵੇਂ ਕੱਤਦੇ ਹੁੰਦੇ ਸੀਗੇ ਹੁਣ ਕਲੀਅਰ ਕਰ ਇੱਥੇ ਹਾਂ ਦੋਨੋਂ ਸਮਝ ਨਹੀਂ ਆਉਂਦੇ ਅੱਗੇ ਵੀ ਮੈਨੂੰ ਲੱਗਿਆ ਸੀ ਆਹ ਦੇਖੋ ਜੀ ਇੱਥੇ ਆ ਗਈ ਰੱਸੀ ਇਹ ਹਨਾ ਤੇ ਇਹਨੂੰ ਆਪਾਂ ਵੱਟ ਕਿਵੇਂ ਇਹਦੇ ਵਿੱਚ ਲਪੇਟਣਾ ਕਿਵੇਂ ਇਹਨੂੰ ਐਂ ਕਰ ਲਿਆ ਇੱਥੋਂ ਉਸ ਤੋਂ ਬਾਅਦ ਇਹਦੇ ਵਿੱਚ ਦੀ ਆਪਾਂ ਬਸ ਐਂ ਲੀਰ ਕੱਢ ਦੇਣੀ चलो मैं हुण मेरे कोल वेट घट है ਤੁਹਾਡੇ ਕੋਲ ਜਿਹੜੀ ਇਹ ਗੋਲਾ ਹੈ ਵੱਡਾ ਹੋਊਗਾ ਕਿਉਂਕਿ ਤੁਸੀਂ ਦਰੀ ਬਣਾਉਣੀ ਹੈ ਤਾਂ ਜ਼ਿਆਦਾ ਕਾਫੀ ਸਾਰੀ ਲੀਰਾਂ ਬਣਾਉਂਦੇ ਹਾਂ ਤਾਂ ਫਿਰ ਸੌਖਾ ਵੱਟਾ ਇਦਾਂ ਤੁਸੀਂ ਇਹਨੂੰ ਤੇ ਖੜ ਕੇ ਵੀ ਕਰ ਸਕਦੇ ਹੋ ਤਾਂ ਜ਼ਿਆਦਾ ਹੋ ਜਾਊਗਾ ਜ਼ਿਆਦਾ ਸਾਰੀ ਜੇ ਆਪਾਂ ਖੜੇ ਹੋ ਜਾਣਗੇ ਤੇ ਇੱਕ ਜਣਾ ਫਿਰ ਨਾ ਉਹ ਐ ਹੁੰਦਾ ਨਾ ਇੱਕ ਜਣਾ ਵਿੱਚੋਂ ਵੱਟ ਦੇ ਇਦਾਂ ਹੀ ਕਰਦੇ ਹੋ ਤੁਸੀਂ ਵੱਟ ਕੇ ਲੰਬਾ ਗੋਲਾ ਹੁੰਦਾ ਜੀ ਤੇ ਫਿਰ ਉਹਨੂੰ ਕੀ ਕਰਨਾ ਇਧਰੋਂ ਆਪਣੇ ਹਾਂ ਇਧਰਲੇ ਪਾਸੇ ਜਿਵੇਂ ਜਿਵੇਂ ਵੱਟ ਚੜੀ ਜਾਊਗਾ ਰੱਸੀ ਨੂੰ ਇਧਰਲੇ ਪਾਸੇ ਗੋਲਾ ਬਣਾਉਣਾ ਸ਼ੁਰੂ ਕਰ ਦੇਣੇ ਆ ਦੇਖੋ ਇਹ ਵੱਟ ਵਾਲੀ ਰੱਸੀ ਦਾ ਗੋਲਾ ਇੱਧਰ ਬਣ ਜਾਊਗਾ ਤੇ ਉਵੇਂ ਫਿਰ ਲੌਕ ਕਰ ਦੇਣੀ ਹੈ ਜਿਵੇਂ ਉਧਰ ਕੀਤੀ ਸੀ ਨਹੀਂ ਵੀ ਤਾਂ ਸਿੰਪਲ ਆ ਤੁਸੀਂ ਕੋਈ ਉਹ ਨਾ ਆਪਣੇ ਰਬੜ ਬੈਂਡ ਉਹ ਚੜਾ ਦਿਓ ਅੱਜ ਕੱਲ੍ਹ ਤਾਂ ਬਹੁਤ ਕੁਛ ਆ ਗਿਆ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਇੱਥੇ ਰਬੜ ਬੈਂਡ ਟਾਈ ਕਰ ਦੇਣਾ ਇਹਨੂੰ ਇੱਥੇ ਰਬੜ ਬੈਂਡ ਨਾਲ ਤੇ ਜੇ ਇਹਦੇ ਨਾਲ ਕਰਨਾ ਇਹਨੂੰ ਫਿਰ ਹੋਰ ਹਾਂ ਤਾਂ ਇਹਦੇ ਨਾਲ ਵੱਟ ਪਾ ਕੇ ਆ ਹੋ ਗਿਆ ਨਾਲ ਵੱਲ ਜਾ ਚੰਨੀ ਸਾਹਿਬ ਵਾਲਾ ਤੇ ਇਹਨੂੰ ਆਪਾਂ ਖੋਲ ਲੈਨੇ ਆ ਹੁਣ ਇੱਧਰੋਂ ਖੋਲ ਲਈ ਇਹਨੂੰ ਖੋਲ ਕੇ ਹੁਣ ਦੁਬਾਰਾ ਤੋਂ ਵੱਟਾ ਜਿਹੜਾ ਉਹ ਸ਼ੁਰੂ ਹੋ ਜਾਊਗਾ ਹੁਣ ਹੱਥ 'ਚ ਸਾਡੇ ਇਹ ਗੋਲਾ ਰਹੂਗਾ ਜਿਹਨੂੰ ਵੱਟ ਦਿੱਤਾ ਹੋਇਆ ਸੀ ਇਹ ਹੱਥ 'ਚ ਰੱਖਣਾ ਇਹਨੂੰ ਆਪਾਂ ਉਸੇ ਤਰ੍ਹਾਂ ਹੀ ਫਿਰ ਲੌਕ ਕਰ ਦੇਣਾ ਲੌਕ ਕਰ ਦੇਣਾ ਇਹਦਾ ਉਲਟ ਹੋ ਗਿਆ ਕਿੱਧਰ ਗਿਆ ਹਾਂ ਇਹਦੇ ਵਿੱਚੋਂ ਹੀ ਆਪਾਂ ਕੱਢ ਦੇਣਾ ਹਾਂ ਗੋਲੇ ਤੋਂ ਵੀ ਆਪਾਂ ਵੱਟ ਦੇਣਾ ਕਿਉਂਕਿ ਹੌਲਾ ਹੋਈ ਜਾਂਦਾ ਨਾ ਜ਼ਿਆਦਾ ਥੋੜ੍ਹਾ ਵੇਟ ਚਾਹੀਦਾ ਇਹਨੂੰ ਵੇਟ ਹੋਣ ਨਾਲੇ ਆਪਦੇ ਵੇਟ ਨਾਲ ਥੋੜ੍ਹਾ ਖਿੱਚਿਆ ਵੀ ਰਹਿੰਦਾ ਅਤੇ ਘੁੰਮੂਗਾ ਵੀ ਆ ਦੇਖੋ ਆਹ ਦੇਖੋ ਰੱਸੀ ਨੂੰ ਵੱਟਾ ਗਿਆ ਤੇ ਇਹਨੂੰ ਆਪਾਂ ਜਿੰਨੀ ਜ਼ਿਆਦਾ ਵੱਟ ਦੇਵਾਂਗੇ ਉਨੀ ਸਟਰੋਂਗ ਹੁੰਦੀ ਜਾਊ ਇਹਨੂੰ ਪੂਰਾ ਐਨ ਕੱਸ ਕੇ ਵੱਟ ਦੇ ਲੈਣਾ ਤੇ ਫਿਰ ਦੁਬਾਰਾ ਉਹੀ ਇੱਧਰੋਂ ਖੋਲ ਲੈਣਾ ਲੌਕ ਜਿਹੜਾ ਆਪਾਂ ਦਿੱਤਾ ਸੀ ਇਹਨੂੰ ਸਭ ਤੋਂ ਬੈਸਟ ਇਹੀ ਹੋਊਗਾ ਕਿ ਤੁਸੀਂ ਇਹਨੂੰ ਨਾ ਰਬੜ ਬੈਂਡ ਨਾਲ ਲੌਕ ਕਰੋ ਠੀਕ ਹੈ ਤਾਂ ਈਜ਼ੀ ਹੋ ਜੂਗਾ ਇਹ ਤੇ ਟਾਈਮ ਲੱਗ ਜਾਂਦਾ ਨਾ ਆਹ ਕੰਮ ਤੇ ਇੱਧਰੋਂ ਗੋਲਾ ਬਣਦਾ ਜਾਊਗਾ ਉੱਧਰੋਂ ਉੱਧੜਦਾ ਜਾਊਗਾ ਤੇ ਤੁਹਾਡੇ ਇਹ ਜਿਹੜੇ ਲੌਕ ਵਾਲੇ ਜਿਹੜੇ ਵੱਟਣ ਵਾਲੇ ਜਿਹੜੇ ਸੂਤ ਹੈ ਉਹ ਤਿਆਰ ਹੋ ਜੂਗਾ ਇਹਦੇ ਨਾਲ ਆਪਾਂ ਦਰੀਆਂ ਬੁਣ ਸਕਦੇ ਹਾਂ ਤੇ ਪੀੜੀਆਂ ਹਨਾ ਹੋਰ ਇਹਦੇ ਨਾਲ ਕੀ ਬਣ ਸਕਦਾ ਹੈ ਮੈਟਸ ਜਿਵੇਂ ਆ ਟੇਬਲ ਤੇ ਮੈਟ ਰੱਖੀ ਹੈ ਹਨਾ ਛੋਟੇ ਛੋਟੇ ਮੈਟਸ ਬਣ ਜਾਂਦੇ ਮੈਟ ਬਣ ਸਕਦੇ ਆ ਹਾਂ ਮੈਟ ਵੈਸੇ ਮਿਲਦੇ ਆ ਬਾਜ਼ਾਰੋਂ ਰੱਸੀਆਂ ਦੇ ਹਾਂ ਉਹ ਨਾ ਵੀ ਜੇ ਆਪਾਂ ਘਰੇ ਬਣਾਉਣੇ ਆ ਤਾਂ ਉਹ ਵੀ ਆਪਣੇ ਹਿਸਾਬ ਨਾਲ ਕਲਰ ਯੂਜ਼ ਕਰਕੇ ਜਾਂ ਹੋਰ ਜਾਂ ਸਸਤੇ ਵੀ ਪੈਂਦੇ ਆ ਆਪਾਂ ਦੇਖੇ ਲੀਰਾਂ ਵਾਲੇ ਜਿਹੜੇ ਉਹ ਇਹ ਜੀ ਚੀਜ਼ਾਂ ਥੋੜੀਆਂ ਹਟ ਕੇ ਹੁੰਦੀਆਂ ਉਹਨਾਂ ਦੇ ਰੇਟ ਵੀ ਬਹੁਤ ਲਾਉਂਦੇ ਨੇ ਤੇ ਤੁਸੀਂ ਇਹਨੂੰ ਐਜ਼ ਅ ਪ੍ਰੋਫੈਸ਼ਨ ਵੀ ਆ ਮੇਲੇ ਵਗੈਰਾ ਚ ਲੈ ਕੇ ਜਾਂਦੇ ਨੇ ਹਾਂ ਮੇਲੇ ਵਗੈਰਾ ਚ ਲੈ ਕੇ ਜਾਂਦੇ ਨੇ ਚੀਜ਼ਾਂ ਹਨਾ ਸਾਡੇ ਸੱਭਿਆਚਾਰ ਨੂੰ ਉੱਥੇ ਦਰਸਾਉਂਦੇ ਨੇ ਹਨਾ ਦਰੀਆਂ ਵਗੈਰਾ ਜਿਵੇਂ ਲੈ ਕੇ ਜਾਂਦੇ ਨੇ ਬੁਣੀਆਂ ਹੁੰਦੀਆਂ ਤੁਸੀਂ ਇਹਨਾਂ ਨੂੰ ਮਤਲਬ ਆਪਣੇ ਪ੍ਰੋਫੈਸ਼ਨ ਦੇ ਤੌਰ ਤੇ ਵੀ ਲੈ ਸਕਦੇ ਹੁੰਦੇ ਹੋ ਵਧੀਆ ਅਰਨਿੰਗ ਕਰ ਲੈਂਦੀਆਂ ਭੈਣਾਂ ਜੀ ਖਰਚਾ ਨਹੀਂ ਹੁੰਦਾ ਹਾਂ ਇਹਨਾਂ ਦਾ ਖਰਚਾ ਨਹੀਂ ਹੁੰਦਾ ਹਾਂ ਇਹਨਾਂ ਸਿਰਫ ਮਿਹਨਤ ਹੁੰਦੀ ਹੈ ਖਰਚਾ ਨਹੀਂ ਹੁੰਦਾ ਤੇ ਜਿਹੜੇ ਗੋਲੇ ਬਣਾਉਣੇ ਆ ਨਾ ਘੁਮਾ ਘੁਮਾ ਕੇ ਇਹ ਤਾਂ ਮੈਨੂੰ ਯਾਦ ਆ ਸੀ ਨਿੱਕੇ ਹੁੰਦੇ ਬੱਚਿਆਂ ਦੇ ਗੋਲੇ ਆਪ ਹੀ ਕਮਾਏ ਸੀ ਬੱਚੇ ਕਿਉਂ ਖੇਡੀ ਹੁੰਦੀ ਹੈ ਕਾ ਬੱਚਿਆਂ ਦੀ ਤਾਂ ਖੇਡੀ ਹੁੰਦੀ ਹੈ ਇਹ ਤਾਂ ਬੱਚੇ ਰੋ ਟਾਈਮ ਖੇਡ ਲੱਗ ਜਾਂਦੀ ਹੈ ਤੇ ਬੱਚੇ ਰਾਤ ਨੂੰ ਗੱਲਾਂ ਕਰਦੇ ਬੈਠੇ ਆਪਾਂ ਟੀਵੀ ਮੂਹਰੇ ਕਿਉਂਕਿ ਇਹਦੇ ਚ ਕੋਈ ਐ ਤਾਂ ਹੈ ਨਹੀਂ ਕਿ ਧਿਆਨ ਰੱਖਣੇ ਇਹ ਤਾਂ ਤੁਸੀਂ ਆਰਾਮ ਨਾਲ ਜਿਵੇਂ ਮਰਜ਼ੀ ਤੁਸੀਂ ਕਰੀ ਜਾਓ ਤੇ ਵਾਧੂ ਬਣਾ ਲਓ ਕਿ ਵਾਧੂ ਬਣਾ ਬਣਾ ਕੇ ਰੱਖ ਲਓ ਤੁਸੀਂ ਜਿੰਨੇ ਮਰਜ਼ੀ ਤੇ ਫਿਰ ਇਹਦੇ ਤੋਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਬਣਾ ਸਕਦੇ ਹੋ ਤੇ ਜੇ ਤੁਸੀਂ ਬਣਾਓਗੇ ਤੇ ਫਿਰ ਤੁਸੀਂ ਸਾਨੂੰ ਦੱਸਿਓ ਵੀ ਕਿਹੋ ਜਿਹੀ ਬਣੀ ਦਰੀ ਥੋੜੀ ਫੋਟੋ ਖਿੱਚ ਕੇ ਭੇਜੋ ਤੇ ਬਾਕੀ ਨਾ ਜੀ ਜਦੋਂ ਅਸੀਂ ਪੜ੍ਹਦੀਆਂ ਸੀਗੀਆਂ ਤੇ ਜਦੋਂ ਵੀ ਛੁੱਟੀਆਂ ਹੋਣੀਆਂ ਪੇਪਰ ਖਤਮ ਹੋ ਜਾਣੇ ਤੇ ਸਾਡੇ ਮਦਰ ਨੇ ਸੂਟ ਜਿਹੜਾ ਉਹ ਤਿਆਰ ਕਰਕੇ ਰੱਖਿਆ ਹੁੰਦਾ ਸੀਗਾ ਤੇ ਜਿਸ ਦਿਨ ਪਹਿਲੀ ਛੁੱਟੀ ਹੁੰਦੀ ਸੀ ਉਸ ਦਿਨ ਤੋਂ ਹੀ ਅਸੀਂ ਬਸ ਦਰੀਆਂ ਤੇ ਬੈਠ ਜਾਂਦੀਆਂ ਸੀ ਬਣਾਉਣਾ ਸੀ ਬਹੁਤ ਸਾਰੀਆਂ ਦਰੀਆਂ ਪੱਖੀਆਂ ਬਣਾਈਆਂ ਟੋਕਰੀਆਂ ਤਾਰਾਂ ਦੀਆਂ ਬਣਾਉਂਦੇ ਸੀ ਉਹ ਬਣਾਈਆਂ ਮੇਰੇ ਕੋਲ ਤਾਂ ਹਜੇ ਵੀ ਪਈਆਂ ਨੇ ਪਿੰਡੀ ਚ ਤੇ ਉਹ ਦਰੀਆਂ ਦਰੀਆਂ ਸਾਡੇ ਕੋਲ ਹੈ ਜਦੋਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਬਹੁਤ ਹੈਵੀ ਹੈਵੀ ਡਿਜ਼ਾਈਨਾਂ ਦੀਆਂ ਸਾਡੇ ਕੋਲ ਦਰੀਆਂ ਪਈਆਂ ਨੇ ਇੱਕ ਉਹ ਵੀ ਜਮਾਨਾ ਹੁੰਦਾ ਸੀ ਹੈ ਨਾ ਜਦੋਂ ਕੁੜੀਆਂ ਦੇ ਦਾਜ ਸਾਰਾ ਪਿੰਡ ਦਿੱਤਾ ਹੁੰਦਾ ਸੀ ਦੇਖਦੇ ਸੀ ਆ ਮੰਜਾਂ ਦੇ ਵਿਸ਼ਾ ਹੁੰਦਾ ਸਾਡਾ ਪਿੰਡੂ ਕਲਚਰ ਤੋਂ ਆਇਆ ਮੇਰਾ ਤਾਂ ਦੇਖਿਆ ਸੀਗਾ ਮੇਰਾ ਦੇਖਿਆ ਤੇ ਉਹ ਐ ਵਿਸ਼ਾ ਹੁੰਦਾ ਤੇ ਫਿਰ ਉਹ ਅਨਾਉਂਸਮੈਂਟ ਕਰ ਦਿੰਦੇ ਜਿਹਨੂੰ ਹੋਕਾ ਕਹਿੰਦੇ ਸੀ ਆਪਾਂ ਵੀ ਹੋਕਾ ਦੇ ਦਿੰਦੇ ਸੀਗੇ ਜਾਂ ਲਾਗੀ ਕਹਿ ਹੁੰਦਾ ਸੀ ਘਰਾਂ 'ਚ ਜਾ ਕੇ ਵੀ ਭਾਈ ਦਾਜ ਦੇਖ ਲਓ ਵਿਸ਼ਾ ਪਿਆ ਫਿਰ ਲੇਡੀਜ਼ ਆਉਂਦੀਆਂ ਉਹ ਕੱਲੀ ਕੱਲੀ ਚੀਜ਼ ਚਾਰ ਘੰਟੇ ਵਿਸ਼ੇ ਰਹਿੰਦੀ ਸੀ ਬਹੁਤ ਟਾਈਮ ਵਿਸ਼ਾ ਰਹਿੰਦਾ ਸੀ ਉਹ ਇੱਕ ਪਾਸੇ ਚਾਦਰਾਂ ਦਰੀਆਂ ਫਿਰ ਨਾ ਉਹ ਕਹਿ ਦਿੰਦੀਆਂ ਵੀ ਆਪਾਂ ਨਾ ਡਿਜ਼ਾਈਨ ਆਪਾਂ ਡਿਜ਼ਾਈਨ ਕਹਿੰਦੇ ਨਮੂਨਾ ਕਹਿੰਦੇ ਸੀ ਉਹ
ਵੀ ਆਪਾਂ ਦਰੀਆਂ ਦੇ ਨਮੂਨੇ ਲੈ ਕੇ ਆਵਾਂਗੇ ਤੇ ਅਸੀਂ ਵੀ ਲੈ ਕੇ ਆਉਂਦੇ ਹਾਂ ਅਸੀਂ ਦਰੀਆਂ ਦੇ ਨਮੂਨੇ ਹਨਾ ਝਾੜ ਚਿੜੀ ਦੀ ਦਰੀ ਹਨਾ ਇੱਕ ਤਾਂ ਝਾੜ ਚਿੜੀ ਦੀ ਦਰੀ ਹੈ ਇੱਕ ਹੋਰ ਕਿਹੜੀ ਸੀ ਕਾਫੀ ਡਿਜ਼ਾਈਨ ਹੈਵੀ ਸੀਗਾ ਖਜੂਰ ਵਾਲੀ ਹਾਂ ਉਹ ਵੀ ਮੇਰੇ ਕੋਲ ਹੈ ਤੇ ਸਾਡੇ ਕੋਲੇ ਦਰੀਆਂ ਕਾਫੀ ਹੈਵੀ ਪਈਆਂ ਨੇ ਤਾਂ ਉਦੋਂ ਇੱਕ ਬਹਾਨਾ ਹੁੰਦਾ ਸੀ ਕਿ ਆਪਾਂ ਨਮੂਨਾ ਦੇਖ ਕੇ ਆਵਾਂਗੇ ਤਾਂ ਉਹ ਨਮੂਨਾ ਫਿਰ ਲੈ ਕੇ ਵੀ ਆਉਣਾ ਹੁੰਦਾ ਸੀ ਅਗਲੇ ਤੋਂ ਮੰਗ ਕੇ ਲੈ ਕੇ ਆਉਣਾ ਹੁੰਦਾ ਸੀ ਵੀ ਭਾਈ ਤੁਹਾਡੀ ਕੁੜੀ ਦੀ ਦਰੀ ਸੀ ਕੁੜੀ ਦੀ ਤਾਂ ਵੈਸੇ ਉਹ ਸਾਰਾ ਕੁੜੇ ਹੁੰਦੀ ਸੀ ਬਹੂ ਜਿਹੜੀ ਨੂੰਹ ਆਉਂਦੀ ਸੀ ਫਿਰ ਉਹਨਾਂ ਦੇ ਵੀ ਦਿਖਾਉਂਦੀ ਸੀ ਸੋਰੀ ਉਹ ਦਿਖਾਉਂਦੇ ਸੀ ਹਾਂ ਫਿਰ ਉਹ ਫਿਰ ਮੰਗ ਕੇ ਲੈ ਕੇ ਆਉਂਦੇ ਸੀ ਵੀ ਆਹ ਦਰੀ ਸਾਨੂੰ ਦੇ ਦਿਓ ਤੇ ਦਰੀ ਇੱਕ ਵੱਡਾ ਐ ਹੁੰਦਾ ਸੀਗਾ ਵੀ ਵੱਡੀ ਚੀਜ਼ ਹੈ ਤੇ ਲੋਕ ਸ਼ਿਸ਼ ਦਿੰਦੇ ਸੀ ਜਵਾਬ ਦੇ ਦਿੰਦੇ ਸੀ ਕਿਉਂਕਿ ਉਹ ਤੇ ਮਿਹਨਤ ਲੱਗੀ ਹੁੰਦੀ ਸੀ ਅਗਲੇ ਨੂੰ ਐਸੀ ਮੈਲੀ ਦਾ ਹੋ ਜੇ ਨਾ ਜਵਾਬ ਦੇਣ ਦਾ ਇੱਕ ਸਿੰਪਲ ਜਿਹਾ ਤਰੀਕਾ ਉਹਦਾ ਹੁੰਦਾ ਸੀ ਤੇ ਕੁੜੀਆਂ ਲੁਕੋ ਕੇ ਆਏ ਰੱਖਦੀਆਂ ਸੀ ਵੀ ਸਾਡਾ ਡਿਜ਼ਾਈਨ ਹੈ ਜਿਹੜਾ ਕਾਮਨ ਨਾ ਹੋਵੇ ਕਿਸੇ ਹੋਰ ਨੂੰ ਚੋਰੀਆਂ ਮੁੰਨਾਂ ਹੀ ਅੰਦਰ ਹਨਾ ਕਿਸੇ ਨੂੰ ਪਤਾ ਹੀ ਨਾ ਲੱਗੇ ਦਰੀ ਲੱਗੀ ਹੈ ਐ ਕਰ ਕਰਕੇ ਉਹ ਵੀ ਇੱਕ ਵਧੀਆ ਕਲਚਰ ਸੀ ਦਾ ਹੁਣ ਤੇ ਬਾਕੀ ਉਹ ਕੀ ਕਹਿੰਦੇ ਹੁੰਦੇ ਸੀ ਚਿੜੀ ਭੰਡਾਰ ਚਿੜੀ ਭੰਡਾਰ ਕੱਢਦੀਆਂ ਚੱਲ ਕੇ ਲੇਡੀਜ਼ ਇਕੱਠੀਆਂ ਹੋ ਕੇ ਪੂਰੀ ਰਾਤ ਪੂਰਾ ਦਿਨ ਹਨਾ ਇਸ ਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਬਹੁਤ ਸਾਰੀਆਂ ਹੋਰ ਲੰਬਾ ਟੌਪਿਕ ਹੋ ਜਾਊਗਾ ਹਾਂ ਜੇ ਅਸੀਂ ਕਾਇ ਗੱਲਾਂ ਕਰਨ ਬੈਠੀਏ ਤਾਂ ਤੇ ਇੱਕ ਨਾ ਮੈਂ ਇਸੇ ਇਹਨਾਂ ਗੱਲਾਂ ਕਰਕੇ ਹੀ ਇੱਕ ਨਾ ਹੋਰ ਚੈਨਲ ਬਣਾਇਆ ਜਸਟ ਇੰਜੋਏ ਮੈਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਦਊਂਗੀ ਤੇ ਉਹਦੇ ਤੇ ਤੁਸੀਂ ਮਤਲਬ ਸਬਸਕ੍ਰਾਈਬ ਕਰ ਲਿਓ ਹਰੇ ਤਾਂ ਮੈਂ ਉਹਦੇ 'ਚ ਕੋਈ ਖਾਸ ਬਹੁਤੀ ਵੀਡੀਓ ਨਹੀਂ ਪਾਈਆਂ ਹੋਈਆਂ ਜਿੱਥੇ ਮੈਂ ਜੋਬ ਕਰਦੀ ਹਾਂ ਸੋ ਕਿ ਫੰਕਸ਼ਨ ਹੋਇਆ ਸੀ ਫੰਕਸ਼ਨ ਦੀਆਂ ਵੀਡੀਓ ਬੱਚੇ ਨੇ ਪਾਈਆਂ ਹੋਈਆਂ ਉਹਨਾਂ ਨੂੰ ਤੁਸੀਂ ਜ਼ਰੂਰ ਆਸ਼ੀਰਵਾਦ ਦਿਓ ਦੇਖ ਕੇ ਅਤੇ ਬਾਕੀ ਇਸ ਤਰ੍ਹਾਂ ਦੀਆਂ ਤੁਹਾਨੂੰ ਮੈਂ ਕਲਚਰਲ ਚੀਜ਼ਾਂ ਬਹੁਤ ਸਾਰੀਆਂ ਉੱਥੇ ਦਿਖਾਇਆ ਕਰੂੰਗੀ ਉੱਥੇ ਆਪਾਂ ਦੂਸਰੇ ਚੈਨਲ 'ਤੇ ਵੀ ਮਿਲਿਆ ਕਰਾਂਗੇ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਤੁਸੀਂ ਸਾਨੂੰ ਇੱਕ ਨਵਾਂ ਆਈਡੀਆ ਦਿੱਤਾ ਹਾਂ ਪਰ ਅਸੀਂ ਡਿਸਕ੍ਰਾਈਬ ਕਰਨਾ 'ਚ ਦਿਖਾਉਣ 'ਚ ਥੋੜ੍ਹਾ ਲੇਟ ਹੋ ਗਏ ਅਤੇ ਧਿਆਨ ਰੱਖਿਆ ਵਧੀਆ ਅਸੀਂ ਤੋਂ ਕੀਤਾ ਡਿਸਕ੍ਰਾਈਬ ਜ਼ਰੂਰ ਦੱਸਿਓ ਅਤੇ ਕੀ ਹੋ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਜੋ ਮੰਜਾ ਵਗੈਰਾ ਦਰੀ ਬਣਾ ਰਹੇ ਹੋ ਤੇ ਦਰੀ ਦਾ ਡਿਜ਼ਾਈਨ ਹੈ ਜਿਹੜਾ ਉਹ ਸਾਨੂੰ ਜ਼ਰੂਰ ਸੈਂਡ ਕਰੋ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ।